ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਗੁਰਮੁਖ ਸੱਚ ਅਲਾਓ ਭਲੀ ਹੂੰ ਭਲਿਆ ਗੁਰਮੁਖ ਸੱਦੇ ਜਾਣ ਆਵਣ ਕੱਲਿਆ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਵਿਛੜੀ ਹੋਈ ਰੂਹ ਸਤਿਕਾਰ ਜੋ ਸਵਰਗ ਵਾਸੀ ਬਾਬਾ ਰਜਿੰਦਰ ਪਾਲ ਸਿੰਘ ਉਰਫ ਬਿੱਲੂ ਬਾਬਾ ਸਵਾਮੀ ਜੀ ਮਹਾਰਾਜ ਨੇ ਜਿਨ੍ਹਾਂ ਦਾ ਨਾਮ ਬਾਬਾ ਬਿੱਲੂ ਜੀ ਰੱਖਿਆ ਸਾਰੀ ਜ਼ਿੰਦਗੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂਆਂ ਦੀ ਸੇਵਾ ਕਰਨ ਤੇ ਲਾਈ ਤੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ ਕਹਿੰਦੇ ਪਿਆਰੇ ਉਹ ਜਨਮ ਲੈਣ ਤੋਂ ਪਹਿਲਾਂ ਮਰਨ ਦੀ ਤਰੀਕ ਮਰਨ ਦਾ ਸਮਾਂ ਮਰਨ ਦਾ ਕਾਰਨ ਮਰਨ ਦੀ ਥਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਗੁਰਮੁਖ ਸੱਚ ਅਲਾਓ ਭਲੀ ਹੂੰ ਭਲਿਆ ਗੁਰਮੁਖ ਸੱਦੇ ਜਾਣ ਆਵਣ ਕੱਲਿਆ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਵਿਛੜੀ ਹੋਈ ਰੂਹ ਸਤਿਕਾਰ ਜੋ ਸਵਰਗ ਵਾਸੀ ਬਾਬਾ ਰਜਿੰਦਰ ਪਾਲ ਸਿੰਘ ਉਰਫ ਬਿੱਲੂ ਬਾਬਾ ਸਵਾਮੀ ਜੀ ਮਹਾਰਾਜ ਨੇ ਜਿਨ੍ਹਾਂ ਦਾ ਨਾਮ ਬਾਬਾ ਬਿੱਲੂ ਜੀ ਰੱਖਿਆ ਸਾਰੀ ਜ਼ਿੰਦਗੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂਆਂ ਦੀ ਸੇਵਾ ਕਰਨ ਤੇ ਲਾਈ ਤੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ ਕਹਿੰਦੇ ਪਿਆਰੇ ਉਹ ਜਨਮ ਲੈਣ ਤੋਂ ਪਹਿਲਾਂ ਮਰਨ ਦੀ ਤਰੀਕ ਮਰਨ ਦਾ ਸਮਾਂ ਮਰਨ ਦਾ ਕਾਰਨ ਮਰਨ ਦੀ ਥਾਂ ਆਓ ਚਾਓ ਅਨਲਿਆ ਚਾਓ ਅਨਲਿਆ ਗੁਰਮੁਖ ਭੋਜਨ ਪਾਓ ਚਾਓ ਅਨਲਿਆ ਚਾਓ ਅਨਲਿਆ ਗੁਰਮੁਖ ਭੋਜਨ ਪਾਓ ਚਾਓ ਅਨਲਿਆ ਚਾਓ ਅਨਲਿਆ ਗੁਰਮੁਖ ਭੋਜਨ ਪਾਓ ਚਾਓ ਅਨਲਿਆ ਚਾਓ ਅਨਲਿਆ ਗੁਰਮੁਖ ਨੇ ਚਲ ਚਿੱਤ ਹੱਲੇ ਹੱਲਿਆ ਹੱਲੇ ਹੱਲਿਆ ਗੁਰਮੁਖ ਨੇ ਚਲ ਚਿੱਤ ਹੱਲੇ ਹੱਲਿਆ ਹੱਲੇ ਹੱਲਿਆ ਗੁਰਮੁਖ ਨੇ ਚਲ ਚਿੱਤ ਹੱਲੇ ਹੱਲਿਆ ਹੱਲੇ ਹੱਲਿਆ ਗੁਰਮੁਖ ਨੇ ਚਲ ਚਿੱਤ ਹੱਲੇ ਹੱਲੇ ਹੱਲਿਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦਰਗਾਹ ਚੱਲਿਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦਰਗਾਹ ਚੱਲਿਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਸੱਚਾ ਪਿੰਡ ਮੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਸੱਚਾ ਪਿੰਡ ਮੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਸੱਚਾ ਪਿੰਡ ਮੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ ਸੱਚਾ ਪਿੰਡ ਮੱਲਿਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦਰਗਾਹ ਚੱਲਿਆ 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 ਸੱਚ ਅਲਾਓ ਭਲੀ ਹੂੰ ਭਲਿਆ ਭਲੀ ਹੂੰ ਭਲਿਆ
ਵਾਹਿਗੁਰੂ ਪਰਮੇਸ਼ਰ ਦੇ ਦਰੋਂ ਘਰੋਂ ਬਖਸ਼ਿਸ਼ ਕੀਤੇ ਗਏ ਸਵਾਸ ਭੋਗਦੇ ਹੋਏ ਉਹ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਵਿਰਾਜ ਗਏ। ਪੂਜਨੀ ਸਤਿਕਾਰਯੋਗ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੇ ਚਰਨ ਕਮਲਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰੱਬੀ ਬਾਣੀ ਦੇ ਇਸ ਦਰਬਾਰ ਦੇ ਮੇਨ ਗ੍ਰੰਥੀ ਸਹਿਬਾਨ ਗੁਰੂਆਂ ਨੇ ਜਿਨ੍ਹਾਂ ਤੇ ਦੋਨੋਂ ਹੱਥ ਰੱਖ ਕੇ ਅਪਾਰ ਬਖਸ਼ਿਸ਼ ਕਿਰਪਾ ਕਰੀ ਤਕਰੀਬਨ 73 ਸਾਲ ਦੇ ਨੇੜ ਆਪਣੀ ਉਮਰ ਭੋਗ ਕੇ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਅਨੁਸਾਰ ਮਾਲਕ ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਵਿਰਾਜ ਗਏ ਸਨ। ਉਹਨਾਂ ਦੇ ਸਮੂਹ ਪਰਿਵਾਰ ਗੁਰਮੁਖ ਪਿਆਰੇ ਸਤਿਕਾਰਯੋਗ ਬਾਈ ਰਾਜਾ ਰਾਮ ਸਿੰਘ, ਪਿਆਰਾ ਲਾਲ ਸਿੰਘ, ਭੈਣ ਵਿਜੇ ਲਕਸ਼ਮੀ, ਸਮੂਹ ਪਰਿਵਾਰ ਨੇ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ, ਧੰਨ ਧੰਨ ਸਵਾਮੀ ਮਿਤ ਸਿੰਘ ਮਹਾਰਾਜ ਦੇ ਮਿੱਠਾ ਸਾਹਿਬ ਤੇ ਬਾਬਾ ਬਿੱਲੂ ਜੀ, ਬਾਬਾ ਰਜਿੰਦਰ ਪਾਲ ਸਿੰਘ ਜੀ ਜਿਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰੂ ਚਰਨਾਂ ਵਿੱਚ ਰੱਬੀ ਬਾਣੀ ਦਾ ਊਠ ਆਸਰਾ ਲਿਆ। ਗੁਰੂ ਜੀ ਪਾਵਨ ਗੁਰਬਾਣੀ ਦੇ ਸ਼ਬਦ ਦੁਆਰਾ, ਰੱਬੀ ਬਾਣੀ ਦੇ ਸ਼ਬਦਾਂ ਦੁਆਰਾ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਆਓ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੋਨੋਂ ਹੱਥ ਜੋੜ ਕੇ ਚੁਕਾਈਏ ਸੀਸ। ਸਰਬੱਤ ਸੰਗਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਜਿੰਦਰ ਪਾਲ ਸਿੰਘ ਜੀ ਉਰਫ ਬਿੱਲੂ ਬਾਬਾ,
ساری زندگی ساری عمر گرو صاحبانا دے چپلا کملا میں بتیت کری تے گرو بادشاہ ایسے گر سکھ پیارے جو آپ بھی نام جپن والے پرمیشر دا نام جپون والے گرمکھ پیارے ستکار جو بھائی رجندر پال سنگھ بلو بابا سپتر پنڈت تیرتھ رام جی جنہاں نے گرواں جی دے چرناں وچ اپنا سماں بتیت کریا تے گرو پاتشاہ ایہو جے سجن ایسے پرانی جو آپ بھی سیوا سیورن کر کے چلے جاندے مر کہندے گرمکھ جنم سوار درگاہ چلیا درگاہ چلیا 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 سچی درگاہ جائے سچا پھر ملیا سچا پھر ملیا سچی درگاہ جائے سچا پھر ملیا سچا پھر ملیا سچی درگاہ جائے سچا پھر ملیا سچا پھر ملیا سچی درگاہ جائے سچا پھر ملیا سچا پھر ملیا گرمکھ جنم سوار درگاہ چلیا درگاہ چلیا گرمکھ بوئل پاؤ جاؤ اڈلیا جاؤ اڈلیا